ਸੀ ਅਕਾਲ ਖਾਲਸਾ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹਰਪਾਲ ਸਿੰਘ ਖਾਲਿਸਤਾਨੀ, ਜਿਹੜੇ ਪੰਜਾਬ ਸਿੰਘ ਹੁਣਾਂ ਦੇ ਇਸ ਮਾਰਚ ਦੀ ਹਮਾਇਤ ਕਰਨ ਵਾਸਤੇ ਆਏ ਹਨ। ਉਹਨਾਂ ਕੋਲ ਵੀ ਸੁਣਦੇ ਹਾਂ ਕਿ ਤੁਸੀਂ ਮਤਲਬ ਕਿ ਕਿਸ ਮਹਿਸੂਸ ਕਰਦੇ ਹੋ ਇਸ ਮਾਰਚ ਦਾ ਜਾਂ ਕਿਸਾਨੀ ਅੰਦੋਲਨ ਦਾ, ਇਹ ਕਿਸ ਤਰ੍ਹਾਂ ਕਿਸ ਪਾਸੇ ਨੂੰ ਜਾ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਸ ਤਰ੍ਹਾਂ ਜੀ, ਅਕਾਲ ਖਾਲਸਾ ਦਲ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਖੜੀ ਆ। ਕਿਤਿਓਂ ਵੀ ਸੱਦਾ ਆਉਂਦਾ ਸਾਨੂੰ, ਕਿਤਿਓਂ ਵੀ ਸੁਨੇਹਾ ਆਉਂਦਾ ਵਾ, ਅਤੇ ਅਕਾਲ ਖਾਲਸਾ ਦਲ ਜਿਹੜੀ ਹੈਗੀ ਆ ਉਹ ਦੁੱਖ ਸੁੱਖ ਦੇ ਵਿੱਚ ਆਪਣੀ ਕੌਮ ਦੇ ਨਾਲ ਖੜੀ ਹੈ। ਅਤੇ ਸਾਡੇ ਭਾਈ ਸਾਹਿਬ ਪੰਜਾਬ ਸਿੰਘ ਜੀ, ਇਹਨਾਂ ਨਾਲੋਂ ਸਾਨੂੰ ਸੱਦਾ ਪੱਤਰ ਆਇਆ, ਬੜਾ ਇੱਕ ਮਹਿਸੂਸ ਹੋਇਆ ਵੀ ਚਲੋ ਵੀਰ ਨੇ ਇੱਕ ਹੱਲਾ ਮਾਰਿਆ ਹੈ, ਇੱਕ ਕੋਸ਼ਿਸ਼ ਕੀਤੀ ਆ ਵੀ ਆਪਾਂ ਉਹ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਬਣਾ ਲਏ ਆ ਉਹਨਾਂ ਦੀ ਵਿਰੋਧਤਾ ਵਾਸਤੇ ਵੀ ਕਾਲੇ ਕਾਨੂੰਨ ਨਹੀਂ ਹੋਣੇ ਚਾਹੀਦੇ। ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਮੋਦੀ ਨੂੰ ਵੀ ਤੂੰ ਪਬਲਿਕ ਨੂੰ ਨਾ ਮਾਰ, ਜਨਤਾ ਨੂੰ ਨਾ ਮਾਰ, ਕਾਂਗਰਸ ਰਾਜ ਕਰੇ ਚਾਹੇ ਬੀਜੇਪੀ ਕਰੇ, ਉਹਦੇ ਨਾਲ ਕੋਈ ਮਤਲਬ ਮਹਿਣਾ ਨਹੀਂ ਰਹਾਉਂਦਾ। ਗੱਲ ਹੈਗੀ ਆ ਮਜ਼ਦੂਰਾਂ ਦੀ ਵੀ ਮਜ਼ਦੂਰ ਆਦਮੀ ਨੂੰ ਸਸਤਾ ਖਾਣਾ ਮਿਲੇਗਾ, ਸਸਤਾ ਸਿਲੰਡਰ ਮਿਲੇਗਾ। ਹੁਣ ਸਿਲੰਡਰ ਵੇਖੋ, ਇੱਕ ਬੀਬੀ ਨਾ ਟੀ ਵੀ 'ਤੇ ਕਲਾਕਾਰ ਹੈਗੀ ਆ, ਮੈਨੂੰ ਨਾਂ ਭੁੱਲ ਗਿਆ ਵਾ, ਉਹ ਸਿਲੰਡਰ ਰੱਖ ਕੇ ਅਤੇ ਪਿੱਟਣ ਡਈ ਸੀ ਜਦੋਂ ਕਾਂਗਰਸ ਦਾ ਰਾਜ, 400 ਅਤੇ 40 ਰੁਪਏ ਦਾ ਇੰਨਾ ਕੁ ਦਾ ਸਿਲੰਡਰ ਹੈਗਾ ਸੀ। ਇਰਾਨੀ ਹੋਣੀ ਆ ਕੋਈ, ਉਹ ਚਲੋ ਉਹ 400 ਅਤੇ ਕੁਛ ਦਾ ਸਿਲੰਡਰ ਲੈ ਕੇ ਤੂੰ ਰੋਣਾ ਪਿੱਟਣ ਡਈ ਆ, ਅਤੇ ਹੁਣ ਆਹ ਜਿਹੜਾ 1000 ਦਾ 700-800 ਦਾ ਸਿਲੰਡਰ ਹੋ ਗਿਆ, ਤੈਨੂੰ ਤਾਂ ਸਗੋਂ ਮੁਜ਼ਰਾ ਕਰਨਾ ਚਾਹੀਦਾ ਚੌਂਕ 'ਚ ਖਲੋ ਕੇ ਇਰਾਨੀ ਨੂੰ ਵੀ ਨਹੀਂ ਉਦੋਂ ਸਿਆਪਾ ਤੂੰ ਉਹਦਾ ਕਰਨ ਡੀ, ਹੁਣ ਸਿਆਪਾ ਤੂੰ ਮੋਦੀ ਦਾ ਕਰ ਵੀ ਮੋਦੀ ਨੇ ਆਹ ਕੀ ਪਖੰਡ ਕਰ ਲਿਆ ਵਾ। ਗੱਲ ਤਾਂ ਹੈਗੀ ਆ ਓਨਲੀ ਸਿਰਫ ਵੀ ਜਿਹੜਾ ਮਜ਼ਦੂਰ ਵਰਗ ਆ, ਜਿਹੜੀ ਤੇਰੀ ਦੇਸ਼ ਦੀ ਗਰੀਬ ਜਨਤਾ ਵਾ, ਤੂੰ ਉਹਦਾ ਭਲਾ ਕਰਨ ਦੀ ਬਜਾਏ ਤੂੰ ਅਡਾਨੀ ਅੰਬਾਨੀ ਨਾਲ ਭਲਾ ਕਰਨ ਡਿਆ ਵਾ, ਪਰ ਉਹਨਾਂ ਦਾ ਭਲਾ ਕਰਦਾ ਅਮੀਰ ਦਾ, ਜਿਹੜਾ ਅਮੀਰ ਆ ਉਹ ਹੋਰ ਅਮੀਰ ਹੁੰਦਾ ਜਾਣ ਡਿਆ ਗਾ, ਅਤੇ ਜਿਹੜਾ ਗਰੀਬ ਆ ਉਹ ਹੋਰ ਗਰੀਬ ਹੁੰਦਾ ਜਾਣ ਡਿਆ ਗਾ ਵਾ। ਠੀਕ ਹੈ ਭਾਈ ਹਰਪਾਲ ਸਿੰਘ ਜੀ, ਤੁਸੀਂ ਬੜੀ ਵਧੀਆ ਮਤਲਬ ਕਿ ਗੱਲ ਦੱਸੀ ਹੈ ਕਿ ਜੋ ਸਿਮਰਤੀ ਇਰਾਨੀ ਹੈ ਜੋ ਇਸ ਵੇਲੇ ਸੈਂਟਰ ਦੇ ਵਿੱਚ ਮੰਤਰੀ ਹੈ, ਉਹਨਾਂ ਦਿਨਾਂ ਦੇ ਵਿੱਚ ਜਦੋਂ ਸਰਕਾਰ ਕਾਂਗਰਸ ਦੀ ਉਦੋਂ ਇਹ ਮਤਲਬ ਕਿ ਰੌਲਾ ਪਾਉਂਦੀ ਰਹੀ ਹੈ, ਪਰ ਅੱਜ ਕੱਲ੍ਹ ਆਪਣੀ ਸਰਕਾਰ ਹੋਣ ਕਰਕੇ ਰੌਲਾ ਨਹੀਂ ਪਾ ਰਹੀ, ਉਹਨਾਂ ਦੀ ਆਪਣੀ ਸਰਕਾਰ ਹੋਣ ਕਰਕੇ ਉਹ ਇਸ ਵੇਲੇ ਆਪਣੀ ਕੋਕ ਸੁੱਤੀ ਪਈ ਹੈ। ਪਰ ਇਸ ਵੇਲੇ ਪੈਟਰੋਲ ਦਾ ਵੀ ਬੜਾ ਮਤਲਬ ਕਿ ਜਿਹੜਾ ਉਸਾਲ ਆਇਆ ਹੋਇਆ, 100 ਰੁਪਏ ਨੂੰ ਲੀਟਰ ਪੈਟਰੋਲ ਹੋ ਗਿਆ ਭਾਈ ਸਾਹਿਬ।